ਇਸ ਪੋਡਕਾਸਟ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡਾ ਆਪਣਾ ਸ਼ਾਇਰੀ ਯਾਰ। ਅੱਜ ਦੇ ਇਸ ਪ੍ਰੋਗਰਾਮ ਤੁਸੀਂ ਸੁਣੋਗੇ ਪੰਜਾਬੀ ਅਦਬ ਦੀ ਮਕਬੂਲ ਅਦੀਬਾ ਮਰਹੂਮ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਕਹਾਣੀ ਆਪਣਾ ਆਪਣਾ ਕਰਜ਼। ਉਹ ਇੱਕ ਟੁੱਟੀ ਹੋਈ ਗੱਲ ਵਰਗੀ ਸੀ। ਕਿਸੇ ਨੂੰ ਪਤਾ ਨਹੀਂ ਸੀ ਉਹ ਕੌਣ ਸੀ, ਕਿੱਥੋਂ ਆਈ ਸੀ, ਕਦੋਂ ਆਈ ਸੀ। ਸ਼ਾਇਦ ਕੁਆਰੀ ਸੀ, ਸ਼ਾਇਦ ਵਿਧਵਾ, ਕਿਉਂਕਿ ਮਰਦ ਲਫ਼ਜ਼ ਦੇ ਨਾਂ 'ਤੇ ਉਹਦੀ ਝੁੱਗੀ ਵਿੱਚੋਂ ਕੋਈ 2 ਵਰ੍ਹਿਆਂ ਦਾ ਇੱਕ ਬਾਲ ਸੀ। ਪਰ ਉਹ ਉਹਦਾ ਵੀ ਹੋ ਸਕਦਾ ਸੀ ਜਾਂ ਦੂਜੀ ਉਸ ਤੋਂ ਕੁਝ ਪੱਕੀ ਉਮਰ ਦੀ ਔਰਤ ਦਾ ਵੀ। ਨਵੀਂ ਉਸਰ ਦੀ ਬਸਤੀ ਵਿੱਚ ਸਾਰੇ ਲੋਕ ਨਵੇਂ ਸਨ, ਉਹ ਵੀ ਜੋ ਉੱਥੇ ਆਪਣੇ ਘਰਾਂ ਦੀਆਂ ਨੀਹਾਂ ਖੁਦਵਾ ਰਹੇ ਸਨ, ਅਤੇ ਉਹ ਵੀ ਜੋ ਇੱਟਾਂ 'ਤੇ ਚੂਨਾ ਢੋਂਦੇ ਕੰਧਾਂ ਉਸਾਰ ਰਹੇ ਸਨ। ਸੋ ਨਿੰਮ ਦੇ ਰੁੱਖ ਹੇਠਾਂ ਬਣੀ ਹੋਈ ਉਹਦੀ ਚਾਹ ਦੀ ਝੁੱਗੀ ਪਤਾ ਨਹੀਂ ਰੁੱਖਾਂ ਦੀ ਉਮਰ ਦੀ ਸੀ ਕਿ ਸੱਜਰੀਆਂ ਖੁੱਦੀਆਂ ਨੀਹਾਂ ਦੀ ਉਮਰ ਦੀ। ਲੋਕਾਂ ਨੂੰ ਸਿਰਫ ਇਹ ਪਤਾ ਸੀ ਕਿ ਉਹਦਾ ਨਾਂ ਮੂਰਤੀ ਸੀ, ਅਤੇ ਉਹਦੀ ਝੁੱਗੀ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ, ਮਜ਼ਦੂਰਾਂ ਦੀ ਛੁੱਟੀ ਹੋਣ ਵੇਲੇ ਤੱਕ ਤੱਤੀ ਦਾਲ ਚੀਨੀ ਵਾਲੀ ਚਾਹ ਮਿਲਦੀ ਸੀ। ਉਹਨੇ ਅਕਸਰ ਮੋਟੀ ਮਲਮਲ ਦੀ ਲਾਲ ਧੋਤੀ ਬੰਨੀ ਹੁੰਦੀ ਅਤੇ ਚੁੱਲ੍ਹੇ ਵਿੱਚ ਬਲਦੀਆਂ ਲੱਕੜਾਂ ਕੋਲ ਬੈਠੀ ਹੋਈ ਉਹ ਵੀ ਚੁੱਲ੍ਹੇ ਦੀ ਅੱਗ ਵਾਂਗ ਜਾਪਦੀ ਸੀ। ਉਹ ਦੂਜੀ ਉਸ ਤੋਂ ਪੱਕੀ ਉਮਰ ਵਾਲੀ ਔਰਤ ਜਦੋਂ ਧੁੱਪ ਚੜ੍ਹਦੀ ਤਾਂ ਬੱਚੇ ਨੂੰ ਖਿਡਾਉਂਦੀ ਬਾਹਰ ਨਿੰਮ ਦੇ ਰੁੱਖਾਂ ਹੇਠ ਬਹਿ ਜਾਂਦੀ, ਅਤੇ ਜਦੋਂ ਤਰਕਾਲਾਂ ਦੀ ਠੰਡ ਉਤਰਨ ਲੱਗਦੀ ਤਾਂ ਬੱਚੇ ਨੂੰ ਬੁੱਕਲ ਵਿੱਚ ਵਲੇਟ ਕੇ ਉਹ ਝੁੱਗੀ ਦੇ ਅੰਦਰ ਚਲੀ ਜਾਂਦੀ। ਚਾਹ ਨੂੰ ਸਿਰਫ ਉਹ ਮੂਰਤੀ ਬਣਾਉਂਦੀ ਅਤੇ ਵਰਤਾਉਂਦੀ ਵੀ ਦਿਸਦੀ। ਰਾਜਬਖਸ਼ੀ ਦੇ ਘਰ ਦੀਆਂ ਛੱਤਾਂ ਪੈ ਗਈਆਂ, ਉਸਾਰੀ ਦਾ ਕੰਮ ਕੁਝ ਦਿਨਾਂ ਲਈ ਥੰਮ ਗਿਆ, ਪਰ ਬਖਸ਼ੀ ਸਾਹਿਬ ਇਹਨਾਂ ਦਿਨਾਂ ਵਿੱਚ ਵੀ ਨੇਮ ਨਾਲ ਆਉਂਦੇ ਸਨ, ਚੌਕੀਦਾਰ ਤੋਂ ਚਾਹ ਵਾਲੀ ਝੁੱਗੀ ਕੋਲੋਂ ਚਾਹ ਮੰਗਵਾਉਂਦੇ ਅਤੇ ਕੁਝ ਦੇਰ ਉੱਥੇ ਇਕੱਲੇ ਕੁਰਸੀ 'ਤੇ ਬੈਠੇ ਰਹਿੰਦੇ। ਇੱਕ ਦਿਨ ਬਖਸ਼ੀ ਸਾਹਿਬ ਕੁਝ ਚਰਾਕੇ ਆਏ, ਸਵਣਾ ਬਣਦੇ ਘਰਾਂ ਦੇ ਚੌਕੀਦਾਰ ਆਪੋ ਆਪਣੀ ਝੁੱਗੀ ਵਿੱਚ ਅੱਗ ਬਾਲ ਕੇ ਕੁਝ ਰਿੰਨ ਪਕਾ ਰਹੇ ਸਨ। ਮੂਰਤੀ ਦੀ ਝੁੱਗੀ ਵਿੱਚ ਵੀ ਚਾਹ ਦੇ ਭਾਂਡੇ ਧੋਤੇ ਮਾਂਜੇ ਜਾ ਚੁੱਕੇ ਸਨ, ਜਿਸ ਵੇਲੇ ਉਹਨਾਂ ਨੇ ਚੌਕੀਦਾਰ ਨੂੰ ਚਾਹ ਲੈਣ ਲਈ ਭੇਜਿਆ। ਮੂਰਤੀ ਨੇ ਨਵੇਂ ਸਿਰਿਓਂ ਚਾਹ ਦਾ ਪਾਣੀ ਰੱਖਿਆ, ਚੌਕੀਦਾਰ ਸ਼ਾਇਦ ਉਹਨਾਂ ਲਈ ਸਿਗਰਟ ਲੈਣ ਚਲਾ ਗਿਆ ਸੀ। ਮੂਰਤੀ ਨੇ ਚਾਹ ਬਣਾ ਕੇ ਉਡੀਕਿਆ, ਫਿਰ ਆਪ ਜਾ ਕੇ ਬਖਸ਼ੀ ਸਾਹਿਬ ਨੂੰ ਚਾਹ ਦੇ ਦਿੱਤੀ। ਨਿੰਮ ਦੇ ਰੁੱਖਾਂ ਤੋਂ ਝੜਦੇ ਪੱਤੇ ਜ਼ਮੀਨ ਉੱਤੇ ਕੁਝ ਇੰਜ ਹਿਲਦੇ ਪਏ ਸਨ ਜਿਵੇਂ ਮਿੱਟੀ ਨੂੰ ਫੋਲ ਫੋਲ ਕੇ ਆਪਣੀਆਂ ਜੜ੍ਹਾਂ ਲੱਭਦੇ ਹੋਣ। ਰਾਜਬਖਸ਼ੀ ਨੇ ਚਾਹ ਦਾ ਪਿਆਲਾ ਫੜਨ ਲੱਗਿਆਂ ਮੂਰਤੀ ਵੱਲ ਤੱਕਿਆ ਹੀ ਸੀ, ਪਰ ਫਿਰ ਅੱਖਾਂ ਪਰਾਂ ਕਰ ਲਈਆਂ। ਤਾਂ ਵੀ ਅੱਖਾਂ ਵਿੱਚੋਂ ਕੁਝ ਲੈ ਕੇ ਅਜੇ ਤੱਕ ਮੂਰਤੀ ਦੇ ਮੂੰਹ ਉੱਤੇ ਹਿਲਦਾ ਪਿਆ ਸੀ। ਉਹ ਚਾਹ ਪੀ ਰਹੇ ਸਨ। ਮੂਰਤੀ ਪਰਾਂ ਇੱਕ ਬਿੱਥ ਉੱਤੇ ਤਰਕਾਲਾਂ ਦੇ ਸਿਮਟ ਦੇ ਚਾਨਣ ਵਾਂਗ ਖਲੋਤੀ ਰਹੀ। ਮੂਰਤੀ, ਅਚਾਨਕ ਉਹਨਾਂ ਦੀ ਆਵਾਜ਼ ਇੰਜ ਆਈ ਜਿਵੇਂ ਹਵਾ ਦੇ ਇੱਕ ਬੁੱਲੇ ਨਾਲ ਨਿੰਮ ਦੇ ਰੁੱਖਾਂ ਤੋਂ ਬਹੁਤ ਸਾਰੇ ਪੱਤੇ ਝੜ ਰਹੇ ਹੋਣ। ਜੀ, ਪਤਾ ਨਹੀਂ ਕਿਉਂ ਮੂਰਤੀ ਨੂੰ ਜਾਪਿਆ ਜਿਵੇਂ ਉਹਦੀ ਆਵਾਜ਼ ਪਿੱਪਲ ਦੇ ਪੱਤੇ ਵਾਂਗ ਕੰਬ ਗਈ ਸੀ। ਸ਼ਾਇਦ ਉਹਨਾਂ ਤੱਕ ਪਹੁੰਚੀ ਵੀ ਨਹੀਂ ਸੀ, ਹੋਂਠਾਂ ਵਿੱਚ ਹੀ ਕੰਬ ਗਈ ਸੀ। ਤੂੰ ਇੱਥੇ ਕਦੋਂ ਆਈ, ਕਿਸ ਤਰ੍ਹਾਂ? ਮੂਰਤੀ ਨੇ ਪਰਾਂ ਸੱਖਣ ਵਿੱਚ ਵੇਖਿਆ, ਉਸ ਪਰਾਂ ਤੱਕ ਜੋ ਅੱਖਾਂ ਦੀ ਪਹੁੰਚ ਤੋਂ ਬਾਹਰ ਸੀ, ਫਿਰ ਆਖਿਆ, ਕਾਫਲੇ ਨਾਲ ਜਦੋਂ ਸਾਰੇ ਲੋਕ ਆਏ ਸਨ। ਰਾਜਬਖਸ਼ੀ ਨੇ ਨਜ਼ਰ ਭਰ ਕੇ ਉਹਦੇ ਵੱਲ ਵੇਖਿਆ। ਤਰਕਾਲਾਂ ਬਣਦੇ ਵੇਲੇ ਵਿੱਚ ਉਹ ਕਹਿੰਦੀ ਮੂਰਤੀ ਵਾਂਗ ਖਲੋਤੀ ਲੱਗਦੀ ਸੀ।
ਉਹਨਾਂ ਨੂੰ ਖਿਆਲ ਆਇਆ ਪਿਛਲੇ ਵਰ੍ਹੇ ਇਸ ਧਰਤੀ ਦੀ ਤਕਸੀਮ ਕਿਸੇ ਇੱਕ ਹੋਰ ਗਜ਼ਨਵੀ ਵਾਂਗ ਆਈ ਸੀ, ਜਿਹਨੇ ਪਤਾ ਨਹੀਂ ਕਿੰਨੀਆਂ ਮੂਰਤੀਆਂ ਤੋੜੀਆਂ ਸਨ ਅਤੇ ਇਹ ਇੱਕ ਮੂਰਤੀ ਪਤਾ ਨਹੀਂ ਕਿਹੜੇ ਮੰਦਰ ਵਿੱਚੋਂ ਚੁੱਕ ਕੇ ਇੱਥੇ ਝੁੱਗੀ ਵਿੱਚ ਲਿਆ ਰੱਖੀ ਸੀ। ਪਰ ਨਾਲ ਹੀ ਰਾਜਬਖਸ਼ੀ ਨੂੰ ਡੁੱਬਦੇ ਸੂਰਜ ਦੀ ਲਾਲੀ ਵਰਗਾ ਤਿੱਖਾ ਜਿਹਾ ਅਹਿਸਾਸ ਹੋਇਆ। ਲੋਕ ਹਮੇਸ਼ਾ ਆਪਣੇ ਘਰ ਬਾਹਰ ਕਾਰ ਰੁਜ਼ਗਾਰ ਅਤੇ ਰਹਿਣੀ ਵਹਿਣੀ ਵਰਗੀਆਂ ਹੈਸੀਅਤਾਂ ਵਿੱਚ ਹੀ ਪਛਾਣੇ ਜਾਂਦੇ ਹਨ। ਇਹ ਸਭ ਚੀਜ਼ਾਂ ਜਦੋਂ ਉਹਨਾਂ ਕੋਲੋਂ ਗਵਾਚ ਜਾਣ, ਉਹਨਾਂ ਦੇ ਚਿਹਰੇ ਵੀ ਗਵਾਚ ਜਾਂਦੇ ਹਨ। ਪਿਛਲੇ ਵਰ੍ਹੇ ਉਹਨਾਂ ਨੇ ਕਈ ਕੈਂਪ ਅਤੇ ਕਾਫਲੇ ਵੇਖੇ ਸਨ। ਆਪਣੀ ਆਪਣੀ ਹੈਸੀਅਤ ਤੋਂ ਬਿਨਾਂ ਲੋਕਾਂ ਦੇ ਆਪਣੇ ਆਪਣੇ ਚਿਹਰੇ ਵੀ ਗਵਾਚੇ ਹੋਏ ਸਨ। ਸਭ ਕੁਝ ਇੱਕ ਭੱਠੀ ਵਿੱਚ ਗਲ ਕੇ ਇੱਕੋ ਜਿਹਾ ਹੋ ਗਿਆ ਲੱਗਦਾ ਸੀ, ਚਿਹਰੇ ਵੀ, ਆਵਾਜ਼ਾਂ ਵੀ, ਖਿਆਲ ਵੀ। ਪਰ ਇਹ ਮੂਰਤੀ ਕਿਸ ਤਰ੍ਹਾਂ ਸਾਬਤ ਦੀ ਸਾਬਤ? ਰਾਜਬਖਸ਼ੀ ਨੂੰ ਮੂਰਤੀ ਦਾ ਘਰ ਬਾਹਰ ਜਾਂ ਉਹਦੀ ਕੋਈ ਹੈਸੀਅਤ ਪਤਾ ਨਹੀਂ ਸੀ, ਪਰ ਇੱਕ ਅਹਿਸਾਸ ਸੀ, ਉਹ ਜੋ ਵੀ ਸੀ ਉਹੀ ਹੈ। ਉਹਦੀ ਕਿਸੇ ਮੰਦਰ ਜਾਂ ਮਹੱਲ ਵਿੱਚ ਰਹਿਣ ਵਾਲੀ ਅਦਾ ਇੱਥੇ ਇਸ ਝੁੱਗੀ ਵਿੱਚ ਵੀ ਸੀ। ਮੂਰਤੀ ਉਸੇ ਤਰ੍ਹਾਂ ਇੱਕ ਵਿੱਥ ਉੱਤੇ ਖਲੋਤੀ ਹੋਈ ਸੀ, ਚਾਹ ਦਾ ਪਿਆਲਾ ਉਸੇ ਤਰ੍ਹਾਂ ਰਾਜਬਖਸ਼ੀ ਦੇ ਹੱਥ ਵਿੱਚ ਫੜਿਆ ਹੋਇਆ ਸੀ। ਸ਼ਾਇਦ ਉਹ ਖਾਲੀ ਪਿਆਲੇ ਨੂੰ ਲੈਣ ਵਾਸਤੇ ਖਲੋਤੀ ਸੀ, ਪਰ ਪੈਰਾਂ ਅੱਗੇ ਵਿਛੀ ਹੋਈ ਚੁੱਪ ਨੂੰ ਉਹ ਨਾ ਤੋੜ ਸਕਦੀ ਸੀ ਅਤੇ ਨਾ ਉਹ। ਫਿਰ ਅਚਾਨਕ ਚੁੱਪ ਟੁੱਟ ਗਈ, ਚੌਕੀਦਾਰ ਦੇ ਪੈਰਾਂ ਦੀ ਆਵਾਜ਼ ਨੇ ਤੋੜ ਦਿੱਤੀ। ਰਾਜਬਖਸ਼ੀ ਨੇ ਖਾਲੀ ਪਿਆਲਾ ਚੌਕੀਦਾਰ ਨੂੰ ਫੜਾਇਆ। ਚੌਕੀਦਾਰ ਕੋਲੋਂ ਮੂਰਤੀ ਨੇ ਫੜ ਲਿਆ ਅਤੇ ਪਛਾਂ ਝੁੱਗੀ ਵੱਲ ਪਰਤਦੀ ਮੂਰਤੀ ਨੂੰ ਚੌਕੀਦਾਰ ਨੇ ਜਦੋਂ ਦੋ ਆਨੇ ਫੜਾਏ, ਉਹ ਕੱਚ ਦੀ ਪਲੇਟ ਵਿੱਚ ਇਸ ਤਰ੍ਹਾਂ ਛਣਕੇ ਜਿਵੇਂ ਦੋ ਟੁਕੜਿਆਂ ਵਿੱਚ ਟੁੱਟੀ ਹੋਈ ਚੁੱਪ ਨਾਲੋਂ ਕੁਝ ਕੰਕਰਾਂ ਭੁਰ ਗਈਆਂ ਹੋਣ। ਰਾਜਬਖਸ਼ੀ ਅਗਲੇ ਦਿਨ ਵੀ ਆਏ, ਉਸ ਤੋਂ ਅਗਲੇ ਦਿਨ ਵੀ, ਪਰ ਉਹਨਾਂ ਨੇ ਆਪ ਝੁੱਗੀ ਕੋਲ ਜਾ ਕੇ ਚਾਹ ਮੰਗੀ, ਪੀਤੀ ਅਤੇ ਦੋ ਟੁਕੜਿਆਂ ਵਿੱਚ ਟੁੱਟੀ ਹੋਈ ਚੁੱਪ ਫਿਰ ਇੱਕ ਸਾਬਤ ਟੁਕੜਾ ਜਾਪਣ ਲੱਗ ਪਈ। ਕੁਝ ਆਵਾਜ਼ਾਂ ਇਹੋ ਜਿਹੀਆਂ ਹੁੰਦੀਆਂ ਹਨ ਜੋ ਚੁੱਪ ਦੇ ਬਦਨ ਵਿੱਚ ਲਹੂ ਦੀਆਂ ਨਾੜਾਂ ਵਾਂਗ ਤੁਰਦੀਆਂ ਹਨ ਅਤੇ ਉਹਨਾਂ ਨਾਲ ਉਹ ਚੁੱਪ ਬੜੀ ਜਿਉਂਦੀ ਜਾਪਦੀ ਹੈ। ਇੱਕ ਦਿਨ ਚਾਹ ਬਣਾਉਂਦੀ ਮੂਰਤੀ ਕੋਲ ਖੇਡਦੇ ਬੱਚੇ ਦੀ ਆਵਾਜ਼ ਇੰਝ ਸੀ, ਇਹ ਬੱਚਾ ਮੇਰਾ ਬੱਚਾ ਏ? ਇਹ ਸਵਾਲ ਤੇ ਜਵਾਬ ਵੀ ਲਹੂ ਦੀ ਹਰਕਤ ਵਾਂਗ ਸਨ। ਠੰਡੀ ਚੁੱਪ ਕੁਝ ਮਗਦੇ ਰੰਗ ਦੀ ਹੋ ਗਈ। ਉਹ ਰਾਜਬਖਸ਼ੀ ਨੇ ਅੰਦਰ ਝੁੱਗੀ ਵਿੱਚ ਬੈਠੀ ਹੋਈ ਦੂਜੀ ਔਰਤ ਵੱਲ ਤੱਕਿਆ। ਜਵਾਬ ਵਿੱਚ ਮੂਰਤੀ ਨੇ ਪਹਿਲਾਂ ਬੱਚੇ ਨੂੰ ਆਖਿਆ, ਜਾਓ ਅੰਦਰ ਆਪਣੀ ਮਾਂ ਕੋਲ ਜਾਓ। ਫਿਰ ਬਖਸ਼ੀ ਸਾਹਿਬ ਨੂੰ ਆਖਿਆ, ਉਹ ਮੇਰੇ ਬੱਚੇ ਦੀ ਮਾਂ ਏ। ਚੁੱਪ ਜਿਵੇਂ ਜ਼ੋਰ ਦੀ ਧੜਕਣ ਲੱਗ ਪਈ। ਅਗਲੇ ਦੋ ਦਿਨ ਰਾਜਬਖਸ਼ੀ ਦੇ ਕੰਨਾਂ ਵਿੱਚ ਮੂਰਤੀ ਦੀ ਆਵਾਜ਼ ਪੱਤਿਆਂ ਦੀ ਸਾਂ ਸਾਂ ਵਾਂਗ ਚੱਲਦੀ ਰਹੀ। ਉਹਨਾਂ ਨੇ ਉਹਦੀ ਝੁੱਗੀ ਤੋਂ ਰੋਜ਼ ਦੀ ਤਰ੍ਹਾਂ ਚਾਹ ਪੀਤੀ, ਪਰ ਫਿਰ ਕੁਝ ਨਾ ਪੁੱਛਿਆ। ਮੂਰਤੀ ਦੇ ਲਫ਼ਜ਼ ਸਿੱਧੇ ਸਨ, ਇਹ ਮੇਰਾ ਬੱਚਾ ਏ, ਉਹ ਮੇਰੇ ਬੱਚੇ ਦੀ ਮਾਂ ਏ, ਪਰ ਅਰਥ ਸਿਰਫ ਪੱਤਿਆਂ ਦੀ ਸਾਂ ਸਾਂ ਵਰਗੇ ਸਨ, ਪਕੜ ਵਿੱਚ ਨਹੀਂ ਸਨ ਆਉਂਦੇ। ਇਹ ਨਵੀਂ ਬਣਦੀ ਬਸਤੀ ਸ਼ਹਿਰ ਤੋਂ 8 ਮੀਲ ਦੂਰ ਸੀ, ਜਿਹਦੇ ਨੇੜੇ ਤੇੜੇ ਅਜੇ ਕੋਈ ਮੰਡੀ ਜਾਂ ਬਾਜ਼ਾਰ ਨਹੀਂ ਸੀ ਪੈਂਦਾ। ਸ਼ਹਿਰ ਤੋਂ ਇਸ ਬਸਤੀ ਤੱਕ ਇੱਕ ਬੱਸ ਚੱਲਦੀ ਸੀ, ਪਰ ਸਾਰੇ ਦਿਨ ਵਿੱਚ ਸ਼ਾਇਦ 3 ਵਾਰ। ਇਹ ਬੱਸ ਖੁੰਝ ਜਾਏ ਤਾਂ 8 ਮੀਲ ਪੈਦਲ ਤੁਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ। ਇਸੇ ਰਾਹ ਉੱਤੇ ਇੱਕ ਦਿਨ ਰਾਜਬਖਸ਼ੀ ਨੇ ਸ਼ਹਿਰ ਵੱਲੋਂ ਬਸਤੀ ਵੱਲ ਆਉਂਦੀ ਮੂਰਤੀ ਨੂੰ ਵੇਖਿਆ। ਮੂਰਤੀ ਦੇ ਦੋਹਾਂ ਹੱਥਾਂ ਵਿੱਚ ਕੁਝ ਗੰਢਾਂ ਪੋਟਲੀਆਂ ਸਨ। ਰਾਜਬਖਸ਼ੀ ਨੇ ਆਪਣੀ ਗੱਡੀ ਰੋਕ ਲਈ। ਬਸ 2 ਮਿੰਟ ਦਾ ਫਰਕ ਪੈ ਗਿਆ, ਬਸ ਨਿਕਲ ਗਈ ਸੀ। ਮੂਰਤੀ ਨੇ ਗੱਡੀ ਵਿੱਚ ਗੰਢਾਂ ਪੋਟਲੀ ਰੱਖਦੀ ਨੇ ਆਖਿਆ,
ਚਾਹ ਦੀ ਪੱਤੀ ਖੰਡ ਤੇ ਕੁਝ ਹੋਰ ਨਿੱਕ ਸੁੱਕ ਲੈਣ ਗਈ ਸੀ। ਕਦੇ ਕਦੇ ਸ਼ਹਿਰ ਇਹ ਕੁਝ ਲੈਣ ਜਾਣਾ ਪੈਂਦਾ ਏ। ਰਾਜਬਖਸ਼ੀ ਨੇ ਗੱਡੀ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਗੇਅਰ ਵਿੱਚ ਪਾਉਂਦਿਆਂ ਹੌਲੀ ਜਿਹੀ ਆਖਿਆ, ਬਹੁਤ ਮਿਹਨਤ ਕਰਨੀ ਪੈਂਦੀ ਏ ਨਾ। ਤਰਕਾਲਾਂ ਦੀ ਰਮਕਦੀ ਹੋਈ ਹਵਾ ਵਾਂਗ ਮੂਰਤੀ ਹੱਸ ਪਈ, ਆਖਿਆ ਕੁਝ ਨਾ। ਮੂਰਤੀ, ਤੇਰੇ ਬੱਚੇ ਦਾ ਬਾਪ? ਰਾਜਬਖਸ਼ੀ ਦੇ ਮੂੰਹੋਂ ਅਧੂਰਾ ਜਿਹਾ ਫਿਕਰਾ ਨਿਕਲਿਆ, ਜੋ ਉਹਨਾਂ ਨੂੰ ਕੁਝ ਗਲਤ ਜਿਹਾ ਵੀ ਲੱਗਾ। ਫਿਰ ਉਸੇ ਫਿਕਰੇ ਨੂੰ ਕੁਝ ਠੀਕ ਕਰਦਿਆਂ ਉਹਨੇ ਕਿਹਾ, ਤੇਰਾ ਖਬੰਦ ਉੱਥੇ ਫਸਾਦਾਂ ਦੇ ਦਿਨਾਂ ਵਿੱਚ? ਹਾਂ, ਬਲਬਈਆਂ ਨੇ ਮਾਰ ਦਿੱਤਾ ਸੀ। ਅਗਲੀ ਚੁੱਪ ਵਿੱਚ ਫੇਰ ਉਸ ਦਿਨ ਵਾਲੇ ਮੂਰਤੀ ਦੇ ਲਫ਼ਜ਼ ਰਾਜਬਖਸ਼ੀ ਦੇ ਕੰਨਾਂ ਵਿੱਚ ਸਾਂ ਸਾਂ ਕਰਨ ਲੱਗ ਪਏ। ਚਿਰ ਪਿੱਛੋਂ ਉਹ ਆਖ ਸਕੇ, ਲੋਕ ਅਜੀਬ ਅਜੀਬ ਗੱਲਾਂ ਕਰਦੇ ਨੇ। ਮੇਰੀਆਂ? ਮੂਰਤੀ ਨੇ ਪੁੱਛਿਆ, ਪਰ ਆਵਾਜ਼ ਵਿੱਚ ਫਿਕਰ ਵਰਗਾ ਕੁਝ ਨਹੀਂ ਸੀ। ਉਹ ਦੂਜੀ ਔਰਤ? ਉਹਦਾ ਨਾਂ ਰੁਕਮਣੀ ਏ, ਉਹ ਮੇਰੀ ਰੁੱਕੀ ਭੈਣ ਏ, ਇਹ ਬੱਚਾ ਉਹਦਾ ਏ। ਹਾਂ, ਤੇਰਾ ਨਹੀਂ? ਮੇਰਾ ਵੀ ਹੈ। ਰਾਜਬਖਸ਼ੀ ਹੱਸ ਪਏ, ਬਹੁਤਾ ਕਿਹਦਾ ਏ? ਬਹੁਤਾ ਉਹਦਾ ਏ। ਮੂਰਤੀ ਵੀ ਕੁਝ ਹੱਸ ਪਈ। ਰਾਜਬਖਸ਼ੀ ਪਲ ਦੀ ਚੁੱਪ ਪਿੱਛੋਂ ਗੰਭੀਰ ਜਿਹੇ ਆਖਣ ਲੱਗੇ, ਅਸਲ ਵਿੱਚ ਤੁਹਾਡੇ ਦੋਹਾਂ ਵਿੱਚੋਂ ਇੱਕ ਨੂੰ ਔਰਤ ਅਤੇ ਇੱਕ ਨੂੰ ਮਰਦ ਹੋਣਾ ਚਾਹੀਦਾ ਸੀ। ਹਾਂ, ਪਰ ਤੁਹਾਡੀ ਜਗ੍ਹਾ ਇਹ ਖਿਆਲ ਰੱਬ ਨੂੰ ਆਉਣਾ ਚਾਹੀਦਾ ਸੀ, ਮੂਰਤੀ ਨੇ ਆਖਿਆ। ਤਾਂ ਰਾਜਬਖਸ਼ੀ ਕੁਝ ਚੌਂਕ ਕੇ ਮੂਰਤੀ ਵੱਲ ਤੱਕੇ, ਫਿਰ ਆਖਣ ਲੱਗੇ, ਤੈਨੂੰ ਪਤਾ ਹੈ ਲੋਕ ਕੀ ਕਹਿੰਦੇ ਨੇ? ਕਿ ਇੱਕ ਦਿਨ ਮੇਰੇ ਠੇਕੇਦਾਰ ਦਾ ਮੁਨਸ਼ੀ ਕਿਸੇ ਨੂੰ ਦੱਸਦਾ ਪਿਆ ਸੀ। ਕੀ ਦੱਸਦਾ ਪਿਆ ਸੀ? ਕਿ ਤੈਨੂੰ ਮੁੜ ਕੇ ਵਿਆਹ ਕਰਨ ਤੋਂ ਕੋਈ ਉਜ਼ਰ ਨਹੀਂ, ਜੇ। ਰਾਜਬਖਸ਼ੀ ਜੇ ਤੋਂ ਅੱਗੇ ਕੁਝ ਨਾ ਆਖ ਸਕਿਆ। ਮੂਰਤੀ ਨੇ ਆਖਿਆ, ਲੋਕ ਠੀਕ ਆਖਦੇ ਨੇ, ਮੈਂ ਹੀ ਆਖਿਆ ਸੀ। ਜੇ ਕੋਈ ਮੇਰੇ ਨਾਲ ਤੇ ਰੁੱਕੀ ਨਾਲ ਵਿਆਹ ਕਰੇ, ਮੈਂ ਕਰ ਸਕਦੀ ਹਾਂ। ਅਜੀਬ ਸ਼ਰਤੇ? ਨਹੀਂ, ਅਜੀਬ ਨਹੀਂ। ਮੂਰਤੀ ਸਾਹਮਣੀ ਸੱਖਣੀ ਸੜਕ ਵੱਲ ਵੇਖਦੀ ਰਹੀ, ਫਿਰ ਆਖਣ ਲੱਗੀ, ਸਾਹਿਬ, ਹੁਣੇ ਤੁਸੀਂ ਆਖਿਆ ਸੀ ਸਾਡੇ ਦੋਹਾਂ ਵਿੱਚੋਂ, ਮੇਰੇ ਤੇ ਰੁੱਕੀ ਵਿੱਚੋਂ, ਇੱਕ ਨੂੰ ਔਰਤ ਹੋਣਾ ਚਾਹੀਦਾ ਹੈ ਤੇ ਇੱਕ ਨੂੰ ਮਰਦ। ਇਹ ਸੱਚੀ ਗੱਲ ਆਖੀ ਸੀ, ਮੈਨੂੰ ਰੁੱਕੀ ਵਰਗਾ ਮਰਦ ਚਾਹੀਦਾ ਸੀ। ਪਰ ਇਸ ਵੇਲੇ ਤੂੰ ਉਹਦੇ ਲਈ ਕੰਮ ਕਰਨੀ ਏ, ਕਮਾਉਣੀ ਏ, ਉਹਦੇ ਮਰਦ ਵਾਂਗ। ਆਖਰ ਮੈਂ ਮਰਦ ਨਹੀਂ, ਮਰਦ ਦੀ ਥਾਵੇਂ ਹਾਂ, ਮਰਦ ਵਾਂਗ। ਰਾਜਬਖਸ਼ੀ ਨੇ ਸੋਚਿਆ ਨਹੀਂ ਸੀ ਕਿ ਮੂਰਤੀ ਨਾਲ ਗੱਲਾਂ ਕਰਕੇ ਇੰਜ ਹੈਰਾਨ ਹੋਣਗੇ। ਉਹ ਹੱਸ ਜਿਹੇ ਪਏ, ਜਿਵੇਂ ਹਾਸੇ ਨਾਲ ਹੈਰਾਨੀ ਨੂੰ ਕੱਜ ਰਹੇ ਹੋਣ। ਮੂਰਤੀ ਨੇ ਹੀ ਆਖਿਆ, ਅਸਲ ਵਿੱਚ ਮਰਦ ਨਾ ਉਹਨੂੰ ਮਿਲਿਆ ਨਾ ਮੈਨੂੰ। ਉਹਦਾ ਖਬੰਦ ਵੀ ਫਸਾਦਾਂ ਦੇ ਦਿਨਾਂ ਵਿੱਚ, ਉਹੀ ਜਿਹਨੂੰ ਬਲਵਈਆਂ ਨੇ ਮਾਰ ਦਿੱਤਾ ਸੀ। ਮੂਰਤੀ, ਰਾਜਬਖਸ਼ੀ ਝੜਦੇ ਪੱਤਿਆਂ ਵਾਲੀ ਟਾਣ ਵੱਲ ਖਾਲੀ ਖਾਲੀ ਜਿਹੇ ਮੂਰਤੀ ਵੱਲ ਵੇਖਣ ਲੱਗ ਪਏ, ਫਿਰ ਆਖਣ ਲੱਗੇ, ਉਹ ਖਬੰਦ ਤੇਰਾ ਵੀ ਤੇ ਉਹਦਾ ਵੀ, ਇਹ ਬੱਚਾ ਤੇਰਾ ਵੀ ਤੇ ਉਹਦਾ ਵੀ? ਹਾਂ ਸਾਹਿਬ। ਮੂਰਤੀ ਹੱਸ ਪਈ, ਰੱਬ ਇੱਕ ਗੱਲ ਤੋਂ ਉੱਕ ਗਿਆ ਫਿਰ ਉੱਕਦਾ ਹੀ ਗਿਆ। ਰਾਜਬਖਸ਼ੀ ਨੇ ਗੱਡੀ ਨੂੰ ਮੱਠੀ ਚਾਲੇ ਕੀਤਾ, ਆਖਿਆ, ਬਸਤੀ ਆਉਣ ਵਾਲੀ ਏ ਮੂਰਤੀ, ਜੇ ਤੈਨੂੰ ਉਜ਼ਰ ਨਾ ਹੋਵੇ ਮੈਂ ਇੱਥੇ ਕੁਝ ਚਿਰ ਲਈ ਗੱਡੀ ਰੋਕ ਲਵਾਂ। ਮੂਰਤੀ ਦੀ ਆਪਣੀ ਚੁੱਪ ਬਖਸ਼ੀ ਸਾਹਿਬ ਦੀ ਚੁੱਪ ਨਾਲੋਂ ਵੀ ਮੂਰਤੀ ਨੂੰ ਔਖੀ ਲੱਗੀ। ਆਖਣ ਲੱਗੀ, ਹਾਂ ਸਾਹਿਬ, ਮੈਂ ਸੁਣਿਆ ਤੁਸੀਂ ਚੰਗੇ ਆਦਮੀ ਹੋ। ਅੱਛਾ, ਹੋਰ ਕੀ ਸੁਣਿਆ ਏ? ਰਾਜਬਖਸ਼ੀ ਗੱਡੀ ਨੂੰ ਰੋਕਦੇ ਹੋਏ ਪੁੱਛਣ ਲੱਗੇ, ਹੋਰ ਇਹ ਵੀ ਕਿ ਤੁਹਾਡਾ ਕੋਈ ਬੱਚਾ ਨਹੀਂ, ਬੱਚੇ ਦੀ ਮਾਂ ਵੀ ਨਹੀਂ? ਬਖਸ਼ੀ ਸਾਹਿਬ ਹੱਸਣ ਲੱਗੇ, ਹਾਂ ਕੋਈ ਵੀ ਨਹੀਂ। ਕਿੱਥੋਂ ਸੁਣਿਆ ਸੀ? ਤੁਹਾਡੇ ਠੇਕੇਦਾਰ, ਚੌਕੀਦਾਰ ਸਾਰੇ ਹੀ ਮੇਰੇ ਕੋਲ ਚਾਹ ਪੀਣ ਆਉਂਦੇ ਨੇ। ਅੱਛਾ,
ਉਹ ਇਹ ਗੱਲਾਂ ਵੀ ਕਰਦੇ ਨੇ? ਸਿਰਫ ਉਸੇ ਦਿਨ ਕਰਦੇ ਸਨ ਜਿਸ ਦਿਨ ਤੁਹਾਡੇ ਮਕਾਨ ਦੀਆਂ ਨੀਹਾਂ ਰੱਖੀਆਂ ਸਨ। ਤੁਸਾਂ ਉਸ ਦਿਨ ਨਾ ਹਵਨ ਕੀਤਾ ਨਾ ਮੋਤੀਚੂਰ ਦੇ ਲੱਡੂ ਵੰਡੇ। ਉਹ ਸਾਰੇ ਲੋਕ ਤੁਹਾਡੀ ਇੱਜ਼ਤ ਕਰਦੇ ਨੇ, ਸਿਰਫ ਸੋਚਦੇ ਸਨ ਤੁਹਾਡਾ ਕੋਈ ਨਹੀਂ, ਇਸ ਲਈ ਤੁਹਾਨੂੰ ਮਕਾਨ ਦੀ ਖੁਸ਼ੀ ਨਹੀਂ। ਰਾਜਬਖਸ਼ੀ ਬਹੁਤ ਦੇਰ ਚੁੱਪ ਰਹੇ। ਉਹਨਾਂ ਵਿੱਚ ਇੱਕ ਮੂਰਤੀ ਵਿੱਚ ਗੱਲਾਂ ਕਰਨ ਵਾਲੀ ਸੜਕ ਟੁੱਟ ਗਈ ਸੀ, ਪਰ ਇਹ ਸੜਕ ਸ਼ਾਇਦ ਉਹ ਸੀ ਜੋ ਰਾਜਬਖਸ਼ੀ ਦੀ ਆਪਣੀ ਜ਼ਿੰਦਗੀ ਵੱਲ ਮੁੜਦੀ ਸੀ। ਉਹ ਉਧਰੋਂ ਪਰਤ ਕੇ ਉਸ ਦੂਜੀ ਵੱਲ ਤੱਕਣ ਲੱਗ ਪਏ ਜੋ ਮੂਰਤੀ ਦੀ ਜ਼ਿੰਦਗੀ ਵੱਲ ਜਾਂਦੀ ਸੀ। ਆਖਣ ਲੱਗੇ, ਅੱਛਾ ਮੂਰਤੀ, ਉਹ ਦੂਜੀ ਔਰਤ ਰੁੱਕੀ ਮਰਦ ਨਹੀਂ ਸੀ, ਇਸੇ ਲਈ ਤੈਨੂੰ ਕਿਸੇ ਹੋਰ ਨਾਲ ਵਿਆਹ ਕਰਨਾ ਪਿਆ? ਹਾਂ ਸਾਹਿਬ। ਮੂਰਤੀ ਹੱਸ ਜਿਹੀ ਪਈ। ਉਹਦੀ ਮੇਰੀ ਕਿਸਮਤ ਇੱਕੋ ਸੀ, ਇਸ ਲਈ ਸਾਡਾ ਵਿਆਹ ਵੀ ਇੱਕੋ ਜਣੇ ਨਾਲ ਹੋਇਆ ਅਤੇ ਸਾਡਾ ਦੋਹਾਂ ਦਾ ਬੱਚਾ ਵੀ ਇੱਕੋ ਹੀ ਹੈ। ਬਾਹਰ ਕੋਈ ਕੋਈ ਕਣੀ ਲੱਥ ਪਈ ਸੀ। ਰਾਜਬਖਸ਼ੀ ਨੇ ਧੁੰਦਲੀ ਹੁੰਦੀ ਵਿੰਡ ਸਕਰੀਨ ਵੱਲ ਵੇਖਿਆ ਅਤੇ ਆਖਣ ਲੱਗੇ, ਦੋਹਾਂ ਦਾ ਵਿਆਹ ਤਾਂ ਇੱਕ ਆਦਮੀ ਨਾਲ ਹੋ ਸਕਦਾ ਏ, ਪਰ ਬੱਚਾ ਕਿਸ ਤਰ੍ਹਾਂ? ਤਨ ਅਤੇ ਮਨ ਵਿੱਚ ਕਿੰਨਾ ਕੁ ਫਰਕ ਹੁੰਦਾ ਏ ਸਾਹਿਬ? ਬਸ ਇਹ ਸਮਝ ਲਵੋ, ਮਨ ਸਿਰਫ ਉਹਦਾ ਸੀ, ਮੇਰਾ ਨਹੀਂ ਸੀ, ਮੇਰਾ ਸਿਰਫ ਤਨ ਸੀ। ਸ਼ਾਇਦ ਹੂੰ ਜਿਹਾ ਕੁਝ ਰਾਜਬਖਸ਼ੀ ਨੇ ਆਖਿਆ, ਫਿਰ ਕਿੰਨਾ ਚਿਰ ਚੁੱਪ ਰਹੇ। ਅਚਾਨਕ ਆਖਣ ਲੱਗੇ, ਉਸ ਵੇਲੇ ਇੱਕੋ ਆਦਮੀ ਨਾਲ ਵਿਆਹ ਕਰਨਾ ਸ਼ਾਇਦ ਕੋਈ ਮਜਬੂਰੀ ਸੀ ਜਾਂ ਸਿਰਫ ਲੋੜ ਸੀ, ਪਰ ਹੁਣ ਕਿਉਂ? ਹੁਣ ਵੀ ਲੋੜ ਹੈ। ਉਹ ਨਹੀਂ, ਪਰ ਲੋੜ ਹੈ। ਉਹ ਲੋੜ ਕਿਹੋ ਜਿਹੀ ਸੀ? ਉਹ ਲੋੜ ਸਿਰਫ ਪੈਸੇ ਦੀ ਸੀ। ਉਹ ਆਦਮੀ ਬਹੁਤ ਅਮੀਰ ਸੀ, ਉਹਦੇ ਕਈ ਭੱਠੇ ਸਨ ਅਤੇ ਲੋਕ ਆਖਦੇ ਸਨ ਉਹਦੇ ਭੱਠਿਆਂ ਵਿੱਚੋਂ ਮਿੱਟੀ ਦੀਆਂ ਇੱਟਾਂ ਨਹੀਂ ਸੋਨੇ ਦੀਆਂ ਇੱਟਾਂ ਪੱਕਦੀਆਂ ਨੇ। ਫਿਰ ਉਹਦੀ ਪਹਿਲੀ ਔਰਤ ਰੁਕੀ ਸੀ? ਨਹੀਂ, ਪਹਿਲੀ ਨਹੀਂ, ਪਹਿਲੀ ਤਾਂ ਮਰ ਗਈ ਸੀ। ਸ਼ਾਇਦ ਉਹਨੇ ਕੱਢ ਦਿੱਤੀ ਸੀ, ਵੇਖੀ ਨਹੀਂ, ਪਰ ਸੁਣਿਆ ਸੀ ਕਿ ਉਹ ਸੋਹਣੀ ਨਹੀਂ ਸੀ, ਇਸ ਲਈ। ਸੋਹਣੀ ਨਹੀਂ ਸੀ ਇਸ ਲਈ ਮਰ ਗਈ? ਰਾਜਬਖਸ਼ੀ ਹੱਸ ਪਏ। ਹਾਂ ਸਾਹਿਬ, ਬੰਦੇ ਨੂੰ ਦਰਕਾਰਦੇ ਰਹੋ, ਉਹ ਮਰਿਆ ਜਿਹਾ ਹੋ ਜਾਂਦਾ ਏ ਅਤੇ ਕਦੇ ਕਦੇ ਮਰ ਵੀ ਜਾਂਦਾ ਏ। ਫਿਰ ਉਹਨੇ ਰੁੱਕੀ ਨਾਲ ਵਿਆਹ ਕੀਤਾ। ਰੁੱਕੀ ਆਪਣੇ ਵੇਲੇ ਬਹੁਤ ਸੋਹਣੀ ਸੀ, ਪਰ ਕਈ ਵਰ੍ਹੇ ਲੰਘ ਗਏ, ਰੁੱਕੀ ਦਾ ਬੱਚਾ ਕੋਈ ਨਹੀਂ ਸੀ। ਹਾਂ ਸਾਹਿਬ, ਲੋਕ ਕਹਿੰਦੇ ਸਨ ਭੱਠਿਆਂ ਵਾਲੇ ਨੂੰ ਪਹਿਲੀ ਦਾ ਸਰਾਪ ਲੱਗਿਆ ਹੋਇਆ ਸੀ। ਕਹਿੰਦੇ ਸਨ ਜਦੋਂ ਪਹਿਲਾਂ ਮੋਈ ਸੀ ਉਹਨੂੰ ਬੱਚੇ ਦੀ ਉਮੀਦ ਸੀ, ਪਰ ਇਸ ਆਦਮੀ ਨੇ ਇੱਕ ਦਿਨ ਉਹਨੂੰ ਇੰਨਾ ਮਾਰਿਆ ਕਿ ਉਹ ਵੀ ਅਤੇ ਉਹਦਾ ਬੱਚਾ ਵੀ। ਮੂਰਤੀ ਪੁਰਾਣੇ ਚੇਤੇ ਨਾਲ ਹੁਣ ਕੰਬ ਜਿਹੀ ਗਈ ਸੀ। ਸੋ ਉਹਨੇ ਬੱਚੇ ਦੀ ਖਾਤਰ ਫਿਰ ਤੇਰੇ ਨਾਲ ਵਿਆਹ ਕੀਤਾ? ਹਾਂ ਸਾਹਿਬ, ਬੱਚੇ ਦੀ ਖਾਤਰ। ਮੇਰੇ ਮਾਂ ਪਿਓ ਕੋਲ ਉਹਨੇ ਇੱਕ ਤਰ੍ਹਾਂ ਮੈਨੂੰ ਮੁੱਲ ਖਰੀਦ ਲਿਆ ਸੀ, ਪਰ ਆਖਰ ਉਹ ਸਰਾਪ ਟੁੱਟ ਗਿਆ। ਨਹੀਂ, ਹਾਂ, ਮੂਰਤੀ ਦੀ ਆਵਾਜ਼ ਹਾਂ ਨਾ ਕਰਦੀ ਥਿੜਕ ਜਿਹੀ ਗਈ। ਫਿਰ ਉਹ ਥਿੜਕਦੀ ਆਵਾਜ਼ ਨੂੰ ਥੰਮਦੀ ਹੋਈ ਆਖਣ ਲੱਗੀ, ਪਰ ਸਾਹਿਬ ਤੁਸੀਂ ਇਹ ਸਾਰੀਆਂ ਗੱਲਾਂ ਕਿਉਂ ਪੁੱਛਦੇ ਹੋ? ਮੈਂ ਤੁਹਾਨੂੰ ਇਹ ਸਾਰਾ ਕੁਝ ਕਾਹਦੇ ਲਈ ਦੱਸਾਂ? ਰਾਜਬਖਸ਼ੀ ਇੱਕ ਟੱਕ ਮੂਰਤੀ ਦੇ ਮੂੰਹ ਵੱਲ ਤੱਕਦੇ ਰਹੇ, ਫਿਰ ਕਹਿਣ ਲੱਗੇ, ਮੈਂ ਤੈਨੂੰ 6 ਮਹੀਨਿਆਂ ਤੋਂ ਵੇਖੀ ਜਾ ਰਿਹਾ, ਪਰ ਪਤਾ ਨਹੀਂ ਕਿਉਂ ਮੈਂ ਇੱਥੇ ਰੋਜ਼ ਸਿਰਫ ਮਕਾਨ ਦੀ ਖਾਤਰ ਨਹੀਂ ਆਉਂਦਾ। ਸ਼ਾਇਦ ਰਾਜਬਖਸ਼ੀ ਦਾ ਸੱਜਾ ਹੱਥ ਖਲੋਤੀ ਗੱਡੀ ਦੇ ਸਟੀਅਰਿੰਗ ਵੀਲ ਉੱਤੇ ਸੀ। ਉਹਨੇ ਖੱਬਾ ਹੱਥ ਮੂਰਤੀ ਦੇ ਮੋਢੇ ਉੱਤੇ ਰੱਖਿਆ। ਮੈਂ ਤੇਰੇ ਨਾਲ ਵਿਆਹ ਕਰ ਸਕਦਾ ਹਾਂ? ਸਾਹਿਬ ਤੁਸੀਂ? ਮੂਰਤੀ ਦੇ ਸਵਾਲ ਵਿੱਚ ਜਿੰਨੀ ਕੁ ਹੈਰਾਨੀ ਸੀ ਆਵਾਜ਼ ਵਿੱਚ ਓਨੀ ਨਹੀਂ ਸੀ। ਫਿਰ ਹੌਲੀ ਜਿਹੀ ਕਹਿਣ ਲੱਗੀ, ਆਪਣੇ ਉੱਤੇ ਜ਼ੋਰ ਹੁੰਦਾ ਏ ਪਰ ਸੁਪਨਿਆਂ ਉੱਤੇ ਨਹੀਂ ਹੁੰਦਾ।
ਮੈਂ 3 ਵਾਰਾਂ ਸਵੇਰੇ ਉੱਠ ਕੇ ਆਪਣੇ ਆਪ ਨੂੰ ਝਿੜਕਿਆ ਸੀ। ਮੈਨੂੰ 3 ਰਾਤਾਂ ਸਾਹਿਬ ਤੁਹਾਡਾ ਸੁਪਨਾ ਆਉਂਦਾ ਰਿਹਾ। ਮੈਨੂੰ ਸਾਹਿਬ ਨੇ ਕੁਝ ਹੋਰ ਆਖ। ਮੂਰਤੀ ਚੁੱਪ ਰਹੀ। ਅੱਛਾ ਇਹ ਦੱਸ, ਜੇ ਮੈਂ ਇੰਜ ਸੋਚਾਂ ਤੂੰ ਮੇਰੇ ਲਈ ਵੀ ਉਹੀ ਸ਼ਰਤ ਲਗਾਏਂਗੀ, ਉਹ ਰੁੱਕੀ ਵਾਲੀ? ਹਾਂ। ਰਾਜਬਖਸ਼ੀ ਨੇ ਮੂਰਤੀ ਦੇ ਮੋਢੇ ਉੱਤੋਂ ਹੱਥ ਚੁੱਕ ਕੇ ਉਹ ਹੱਥ ਵੀ ਸਟੀਅਰਿੰਗ ਵੀਲ ਉੱਤੇ ਰੱਖ ਲਿਆ। ਬਾਹਰ ਕਣੀਆਂ ਤਿੱਖੀਆਂ ਹੋ ਗਈਆਂ ਸਨ, ਵਿੰਡ ਸਕਰੀਨ ਉੱਤੇ ਧੁੰਦ ਗਾੜੀ ਹੁੰਦੀ ਜਾਂਦੀ ਸੀ, ਪਰ ਵਾਈਪਰ ਪੂਰੇ ਜ਼ੋਰ ਨਾਲ ਧੁੰਦ ਨੂੰ ਪੂੰਝਦਾ ਪਿਆ ਸੀ। ਸਾਹਿਬ, ਬਖਸ਼ੀ ਸਾਹਿਬ, ਇਹ ਗੱਲ ਪੱਕੀ ਏ, ਜਿੱਥੇ ਮੈਂ ਰਵਾਂਗੀ ਉੱਥੇ ਹੀ ਰੁੱਕੀ ਰਵੇਗੀ, ਜਿਸ ਹਾਲ ਵਿੱਚ ਮੈਂ ਉਸ ਹਾਲ ਵਿੱਚ ਹੀ ਉਹ, ਮੂਰਤੀ ਆਖ ਰਹੀ ਸੀ। ਬਖਸ਼ੀ ਸਾਹਿਬ ਨੇ ਗੱਲ ਟੋਕੀ। ਇਸ ਤੋਂ ਕੋਈ ਇਨਕਾਰ ਨਹੀਂ, ਉਹ ਪੂਰੇ ਸੁੱਖ ਵਿੱਚ ਪੂਰੇ ਆਰਾਮ ਵਿੱਚ ਰਹੇਗੀ। ਮੂਰਤੀ ਹੱਸ ਜਿਹੀ ਪਈ। ਕਿਸ ਤਰ੍ਹਾਂ? ਬਖਸ਼ੀ ਸਾਹਿਬ ਨੂੰ ਮੂਰਤੀ ਦਾ ਕਿਸ ਤਰ੍ਹਾਂ ਬੇਮਿਆਨਾ ਜਿਹਾ ਜਾਪਿਆ। ਉਹ ਆਖਣ ਲੱਗੇ, ਪੂਰੀ ਇੱਜ਼ਤ ਨਾਲ, ਆਦਰ ਨਾਲ, ਘਰ ਦੀ ਮਾਂ ਵਾਂਗ, ਭੈਣ ਵਾਂਗ। ਮੂਰਤੀ ਨੇ ਸਾਹਮਣੇ ਵਿੰਡ ਸਕਰੀਨ ਵੱਲ ਵੇਖਿਆ, ਵਾਈਪਰ ਚੱਲ ਰਿਹਾ ਸੀ, ਫਿਰ ਵੀ ਤਲੀ ਨਾਲ ਉਹਦੀ ਧੁੰਦ ਨੂੰ ਪੂੰਝਦੀ ਆਖਣ ਲੱਗੀ, ਬਸ ਇਹੋ ਗੱਲ ਹੈ ਬਖਸ਼ੀ ਸਾਹਿਬ, ਉਹ ਘਰ ਵਿੱਚ ਮਾਂ ਵਾਂਗ ਰਹੇਗੀ ਤਾਂ ਮਾਂ ਨਹੀਂ ਹੋਵੇਗੀ, ਸਿਰਫ ਮਾਂ ਵਾਂਗ ਹੋਵੇਗੀ। ਭੈਣ ਨਹੀਂ ਹੋਵੇਗੀ, ਭੈਣ ਵਾਂਗ ਹੋਵੇਗੀ। ਇਹ ਵਾਂਗ ਬਹੁਤਾ ਚਿਰ ਨਹੀਂ ਚੱਲਦਾ ਸਾਹਿਬ। ਰਾਜਬਖਸ਼ੀ ਨੂੰ ਜਾਪਿਆ, ਇਸ ਵੇਲੇ ਸ਼ਾਇਦ ਮੂਰਤੀ ਦੇ ਮੋਢੇ ਨੂੰ ਉਹਨਾਂ ਦੇ ਹੱਥ ਦੀ ਲੋੜ ਨਹੀਂ ਸੀ, ਪਰ ਉਹਨਾਂ ਦੇ ਹੱਥ ਨੂੰ ਮੂਰਤੀ ਦੇ ਮੋਢੇ ਦੀ ਲੋੜ ਸੀ। ਉਹਨਾਂ ਨੇ ਖੱਬਾ ਹੱਥ ਕੰਬਦਾ ਜਿਹਾ ਮੂਰਤੀ ਦੇ ਮੋਢੇ ਉੱਤੇ ਫਿਰ ਰੱਖ ਲਿਆ। ਮੂਰਤੀ ਆਖਣ ਲੱਗੀ, ਪਰ ਜਦੋਂ ਕੋਈ ਔਰਤ ਕਿਸੇ ਦੀ ਬੀਬੀ ਹੁੰਦੀ ਹੈ, ਉਹ ਬੀਬੀ ਹੁੰਦੀ ਹੈ, ਬੀਬੀ ਵਾਂਗ ਨਹੀਂ ਹੁੰਦੀ। ਹਾਂ ਮੂਰਤੀ, ਰਾਜਬਖਸ਼ੀ ਨੇ ਦਲੀਲ ਮੰਨ ਲਈ, ਪਰ ਆਖਿਆ, ਤੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਵੀ ਜੋ ਕੁਝ ਮਿਲਿਆ ਉਹਦੇ ਨਾਲ ਵੰਡਣਾ ਪਿਆ, ਹੁਣ ਦੂਜੀ ਵਾਰ ਤੂੰ ਜਾਣ ਬੁੱਝ ਕੇ? ਇਹ ਕਿਸੇ ਔਰਤ ਲਈ ਸੁਭਾਵਿਕ ਨਹੀਂ ਹੁੰਦਾ। ਨਹੀਂ ਨਾ? ਨਹੀਂ ਹੁੰਦਾ, ਪਰ ਉਹਨੇ ਜੋ ਕੁਝ ਵੀ ਮੇਰੇ ਨਾਲ ਵੰਡਿਆ ਸੀ ਉਹ ਵੀ ਸੁਭਾਵਿਕ ਨਹੀਂ ਸੀ, ਉਹ ਮਜ਼ਬੂਰੀ ਸੀ। ਇੱਕ ਸੌਕਣ ਆਖੀ ਜਾ ਸਕਣ ਵਾਲੀ ਔਰਤ ਜੋ ਕੁਝ ਵੰਡਦੀ ਹੈ ਮੈਂ ਉਹਦੀ ਗੱਲ ਨਹੀਂ ਕਰਦੀ। ਫਿਰ ਕਿਹਦੀ ਗੱਲ ਕਰਦੀ ਹੈ? ਮੂਰਤੀ ਕਿੰਨਾ ਚਿਰ ਚੁੱਪ ਰਹੀ, ਜਿਵੇਂ ਕੁਝ ਦੱਸਣ ਜਾਂ ਨਾ ਦੱਸਣ ਦਾ ਆਪਣੇ ਆਪ ਨਾਲ ਫੈਸਲਾ ਕਰ ਰਹੀ ਹੋਵੇ। ਫਿਰ ਇੱਕ ਵਾਰ ਉਹਨੇ ਡੂੰਘੀਆਂ ਅੱਖਾਂ ਨਾਲ ਬਖਸ਼ੀ ਸਾਹਿਬ ਵੱਲ ਵੇਖਿਆ, ਜਾਪਿਆ ਉਹਨਾਂ ਦੇ ਮੂੰਹ ਉੱਤੇ ਕੁਝ ਇਹੋ ਜਿਹਾ ਸੱਚ ਸੀ ਜੋ ਉਹਨੇ ਪਹਿਲਾਂ ਕਦੇ ਕਿਸੇ ਮਰਦ ਦੇ ਮੂੰਹ 'ਤੇ ਨਹੀਂ ਸੀ ਵੇਖਿਆ। ਸੋਚ ਲਿਆ ਕਿ ਉਹਦਾ ਆਪਣਾ ਸੱਚ ਭਾਵੇਂ ਕਿਹੋ ਜਿਹਾ ਸੀ, ਪਰ ਸੱਚ ਦੇ ਬਦਲੇ ਸਿਰਫ ਸੱਚ ਦੇਣਾ ਸੀ। ਆਖਣ ਲੱਗੀ, ਮੇਰੇ ਲਈ ਭੱਠਿਆਂ ਵਾਲੇ ਦੀ ਮੰਗ ਕਿੰਨੇ ਚਿਰ ਤੋਂ ਸੀ। ਮਾਂ ਪਿਓ ਗਰੀਬ ਸਨ, ਪਰ ਇੰਨੇ ਨਹੀਂ ਕਿ ਮੈਨੂੰ ਵੇਚਣ ਤੋਂ ਬਿਨਾਂ ਉਹਨਾਂ ਦਾ ਗੁਜ਼ਾਰਾ ਨਹੀਂ ਸੀ। ਜਿਹੜਾ ਜਵਾਨ ਲੜਕਾ ਮੈਨੂੰ ਚੰਗਾ ਲੱਗਦਾ ਸੀ ਉਹਨੇ ਮੇਰੇ ਨਾਲ ਵਿਆਹ ਦਾ ਇਕਰਾਰ ਕੀਤਾ ਹੋਇਆ ਸੀ। ਗਰੀਬ ਸੀ ਪਰ ਜਵਾਨ ਸੀ। ਮੂਰਤੀ ਨੇ ਕੌੜੇ ਜਿਹੇ ਹਾਸੇ ਦਾ ਘੁੱਟ ਭਰਿਆ, ਫਿਰ ਆਖਣ ਲੱਗੀ, ਉਸੇ ਤੋਂ ਮੈਨੂੰ ਦਿਨ ਚੜ ਗਏ। ਰਾਜਬਖਸ਼ੀ ਚੁੱਪ ਸਨ, ਮੂਰਤੀ ਵੀ ਚੁੱਪ ਜਿਹੀ ਹੋ ਗਈ। ਫਿਰ ਆਖਣ ਲੱਗੀ, ਇਹ ਸਾਡੀ ਔਰਤਾਂ ਦੀ ਜ਼ਬਾਨ ਸਮਝ ਗਏ ਹੋ ਨਾ? ਰਾਜਬਖਸ਼ੀ ਨੇ ਹਾਂ ਵਿੱਚ ਸਿਰ ਹਿਲਾਇਆ। ਮੂਰਤੀ ਆਖਣ ਲੱਗੀ, ਪਰ ਜਦੋਂ ਉਹਨੂੰ ਪਤਾ ਲੱਗਾ ਉਹ ਵਿਆਹ ਤੋਂ ਮੁੱਕਰ ਗਿਆ, ਸੋ ਕਿਸੇ ਮਰਦ ਦਾ ਬਦਲਾ ਕਿਸੇ ਮਰਦ ਤੋਂ ਲੈਣ ਲਈ ਮੈਂ ਮਾਂ ਪਿਓ ਨੂੰ ਆਖ ਦਿੱਤਾ ਕਿ ਮੈਂ ਭੱਠਿਆਂ ਵਾਲੇ ਨਾਲ ਵਿਆਹ ਕਰਾਂਗੀ। ਸੋ ਇਹ ਬੱਚਾ? ਹਾਂ, ਇਹ ਭੱਠੇ ਵਾਲੇ ਦਾ ਨਹੀਂ, ਤੁਸਾਂ ਪੁੱਛਿਆ ਸੀ, ਆਖਰ ਉਹਦਾ ਸਰਾਪ ਟੁੱਟ ਗਿਆ ਤਾਂ ਮੇਰੇ ਮੂੰਹੋਂ ਨਿਕਲਿਆ ਸੀ। ਨਹੀਂ,
ਪਿੱਛੋਂ ਹਾਂ ਵੀ ਆਖਿਆ ਸੀ ਮੈਂ, ਪਰ ਪਹਿਲੋਂ ਸੱਚ ਹੀ ਮੂੰਹੋਂ ਨਿਕਲਿਆ ਸੀ। ਇਸ ਗੱਲ ਦਾ ਰੁੱਕੀ ਨੂੰ ਪਤਾ ਏ? ਸਿਰਫ ਉਸੇ ਨੂੰ ਪਤਾ ਏ, ਹੋਰ ਕਿਸੇ ਨੂੰ ਨਹੀਂ। ਪਰ ਉਹਨੇ ਰਾਜਬਖਸ਼ੀ ਸੋਚਣ ਲੱਗ ਪਏ ਕਿ ਰੁੱਕੀ ਦਾ ਉਸ ਵੇਲੇ ਮੂਰਤੀ ਨਾਲ ਜੋ ਰਿਸ਼ਤਾ ਸੀ, ਉਹ ਮੂਰਤੀ ਨੂੰ ਹਰ ਤਰ੍ਹਾਂ ਬਚਾਈ ਰੱਖਣਾ ਸੱਚਮੁੱਚ ਸੁਭਾਵਕ ਨਹੀਂ ਸੀ। ਮੂਰਤੀ ਆਖ ਰਹੀ ਸੀ, ਇਸ ਬੱਚੇ ਨੂੰ ਮੈਂ ਮਨ ਦੀ ਨਫ਼ਰਤ ਨਾਲ ਜੰਮਿਆ ਸੀ, ਪਰ ਰੁੱਕੀ ਨੇ ਮਨ ਦੇ ਪੂਰੇ ਪਿਆਰ ਨਾਲ ਇਹਨੂੰ ਪਾਲਿਆ ਸੀ। ਉਸ ਵੇਲੇ ਤੱਕ ਰੁੱਕੀ ਨੂੰ ਕੁਝ ਨਹੀਂ ਸੀ ਪਤਾ, ਉਹ ਮੁੱਢੋਂ ਚੰਗੇ ਮਨ ਦੀ ਏ। ਉਹ ਆਪਣੇ ਤਨ ਦੀ ਹਸਰਤ ਮੇਰੇ ਮਨ ਵਿੱਚੋਂ, ਮੂਰਤੀ ਦੀ ਆਵਾਜ਼ ਬਾਹਰ ਦੂਰ ਵਸਦੀਆਂ ਕਣੀਆਂ ਵਿੱਚ ਜਿਵੇਂ ਭਿੱਜ ਜਹੀ ਗਈ। ਫਿਰ ਉਹ ਕਮੀਨਾ ਜਿਹਦਾ ਬੱਚਾ ਸੀ, ਉਹ ਹੋਰ ਵੀ ਕਮੀਨਗੀ 'ਤੇ ਉਤਰ ਆਇਆ। ਮੈਨੂੰ ਧਮਕਾ ਕੇ ਉਹਨੇ ਦੋ ਵਾਰੀ ਮੇਰੇ ਕੋਲੋਂ 500 ਰੁਪਏ ਲੈ ਲਿਆ। ਮੈਂ ਅੱਕ ਕੇ ਸੋਚਿਆ ਕਿ ਮੈਂ ਵੀ ਮਰ ਜਾਵਾਂਗੀ ਅਤੇ ਉਹਦੇ ਬੱਚੇ ਨੂੰ ਵੀ ਜਿਉਂਦਿਆਂ ਨਹੀਂ ਰਹਿਣ ਦਿਆਂਗੀ। ਉਹਦੀ ਧਮਕੀ ਫਿਰ ਆ ਗਈ, ਮੈਂ ਪਾਗਲ ਜਿਹੀ ਹੋ ਗਈ ਸਾਂ। ਇੱਕ ਦਿਨ ਬੱਚੇ ਨੂੰ ਚੁੱਕਿਆ ਡੂੰਘੀ ਰਾਤ ਵੇਲੇ ਅਤੇ ਬਾਹਰ ਖੂਹ ਵੱਲ ਦੌੜ ਪਈ। ਬੱਚਾ ਰੁੱਕੀ ਕੋਲ ਸੌਂਦਾ ਸੀ, ਸੁੱਤੇ ਪਏ ਬੱਚੇ ਨੂੰ ਚੁੱਕਿਆ ਤਾਂ ਰੁੱਕੀ ਜਾਗ ਪਈ। ਮੈਨੂੰ ਉਸ ਵੇਲੇ ਪਤਾ ਲੱਗਾ ਕਿ ਉਹ ਵੀ ਮੇਰੇ ਪਿੱਛੇ ਪਿੱਛੇ ਖੂਹ ਵੱਲ ਦੌੜਦੀ ਆ ਰਹੀ ਹੈ। ਉੱਥੇ ਮੈਂ ਉਹਨੂੰ ਆਪਣੇ ਮੂੰਹੋਂ ਸਭ ਕੁਝ ਦੱਸ ਦਿੱਤਾ, ਪਰ ਉਹ ਜਣੇ ਦੀ ਧੀ ਮੈਨੂੰ ਗਲ ਨਾਲ ਲਾ ਕੇ ਵਾਪਸ ਮੋੜ ਲਈ। ਉਹਨੇ ਉਸ ਆਦਮੀ ਨੂੰ ਕੁਝ ਨਾ ਦੱਸਿਆ? ਉਹਨੂੰ ਭੱਠੇ ਵਾਲੇ ਨੂੰ? ਰਾਜਬਖਸ਼ੀ ਹੈਰਾਨ ਸਨ। ਉੱਕਾ ਨਹੀਂ, ਉਹਨੂੰ ਬੱਚੇ ਨਾਲ ਸੱਚੀ ਮੁੱਚੀ ਦਾ ਮੋਹ ਪੈ ਗਿਆ ਸੀ। ਅਤੇ ਸਿਰਫ ਇੰਨਾ ਨਹੀਂ, ਉਹਨੇ ਸਭਨਾਂ ਤੋਂ ਚੋਰੀ ਉਹਨੂੰ ਬੁਲਾ ਭੇਜਿਆ ਜਿਹੜਾ ਮੈਨੂੰ ਆਏ ਦਿਨ ਧਮਕਾਉਂਦਾ ਸੀ। ਉਹਨੂੰ ਆਖਣ ਲੱਗੀ ਕਿ ਭੱਠਿਆਂ ਵਾਲੇ ਨੂੰ ਸਭ ਕੁਝ ਪਤਾ ਹੈ, ਸੋ ਧਮਕੀ ਦੇਣ ਦਾ ਕੋਈ ਫਾਇਦਾ ਨਹੀਂ। ਸਗੋਂ ਭੱਠਿਆਂ ਵਾਲੇ ਨੇ ਉਹਨੂੰ ਜਾਨੋਂ ਮਰਵਾਉਣ ਦਾ ਬੰਦੋਬਸਤ ਕੀਤਾ ਹੋਇਆ ਹੈ, ਸੋ ਜੇ ਉਹ ਜਾਣ ਦੀ ਸਲਾਮਤੀ ਚਾਹੁੰਦਾ ਹੈ ਤਾਂ ਮੁੜ ਕੇ ਕਦੇ ਇਸ ਪਿੰਡੋਂ ਨਾ ਲੰਘੇ। ਰਾਜਬਖਸ਼ੀ ਦੀਆਂ ਅੱਖਾਂ ਵਿੱਚ ਪਾਣੀ ਜਿਹਾ ਭਰ ਆਇਆ। ਉਹਨੇ ਝੁੱਗੀ ਦੇ ਨਿੰਮੇ ਹਨੇਰੇ ਵਿੱਚ ਬੈਠੀ ਰੁੱਕੀ ਨੂੰ ਦੂਰੋਂ ਤੱਕਿਆ ਹੋਇਆ ਸੀ, ਪਰ ਅੱਖਾਂ ਵਿੱਚ ਉਹਦੀ ਪਛਾਣ ਨਹੀਂ ਸੀ। ਉਹ ਮੂਰਤੀ ਵੱਲ ਤੱਕੇ ਜਾਪਿਆ, ਮੂਰਤੀ ਦੇ ਮੂੰਹ ਉੱਤੇ ਜਿਹੜੀ ਇੱਕ ਲੋ ਸੀ, ਉਹ ਸਿਰਫ ਉਹਦੀ ਜਵਾਨੀ ਦੀ ਨਹੀਂ ਸੀ, ਉਹ ਉਸ ਰੁੱਕੀ ਦੀ ਵੀ ਸੀ ਜਿਸ ਨੂੰ ਉਹਨਾਂ ਵੇਖਿਆ ਨਹੀਂ ਸੀ। ਮੂਰਤੀ ਆਖ ਰਹੀ ਸੀ, ਇਹ ਬੱਚਾ ਸੱਚੀ ਮੁੱਚੀ ਉਹਦਾ ਏ, ਮੇਰਾ ਤਾਂ ਐਵੇਂ ਭੱਜੇ। ਰਾਜਬਖਸ਼ੀ ਦੀ ਤਲੀ ਮੂਰਤੀ ਦੇ ਮੋਢੇ ਉੱਤੇ ਘਸੀ ਗਈ। ਮੂਰਤੀ ਕਹਿਣ ਲੱਗੀ, ਮੈਨੂੰ ਪਤਾ ਏ ਮੇਰੀ ਉਮਰ ਛੋਟੀ ਹੈ, ਇਸ ਲਈ ਸਾਰੇ ਮੇਰੇ ਵੱਲ ਤੱਕਦੇ ਨੇ, ਪਰ ਹੁਣ ਜਿਹੜਾ ਹੱਕ ਉਹਨੂੰ ਨਹੀਂ ਮਿਲਣਾ, ਉਹ ਮੈਂ ਵੀ ਨਹੀਂ ਲੈਣਾ। ਰਾਜਬਖਸ਼ੀ ਬਹੁਤ ਦੇਰ ਚੁੱਪ ਰਹੇ, ਫਿਰ ਹੱਥ ਦੀ ਤਲੀ ਨਾਲ ਮੂਰਤੀ ਦਾ ਮੂੰਹ ਆਪਣੇ ਵੱਲ ਮੋੜ ਕੇ ਆਪਣੇ ਸਾਹਮਣੇ ਕਰਕੇ ਆਖਣ ਲੱਗੇ, ਤੂੰ ਵੀ ਜ਼ਿੰਦਗੀ ਦਾ ਇੱਕ ਕਰਜ਼ ਦੇਣਾ ਏ। ਮੂਰਤੀ ਚੁੱਪ, ਅੰਤਰ ਧਿਆਨ ਜਿਹੀ ਉਹਨਾਂ ਵੱਲ ਤੱਕਦੀ ਰਹੀ। ਰਾਜਬਖਸ਼ੀ ਇੱਕ ਡੂੰਘਾ ਸਾਹ ਲੈ ਕੇ ਕਹਿਣ ਲੱਗੇ, ਮੈਂ ਆਪਣੇ ਸਕੇ ਭਰਾ ਦਾ ਕਰਜ਼ ਦੇਣਾ ਏ। ਮੇਰੀ ਭਾਬੀ ਨੇ ਮੈਨੂੰ ਚੰਗੀ ਤਰ੍ਹਾਂ ਹੋਸ਼ ਵੀ ਨਹੀਂ ਜਦੋਂ ਮੇਰੇ ਨਾਲ ਸੰਬੰਧ ਜੋੜ ਲਿਆ ਸੀ। ਬਹੁਤ ਨਿਆਣਾ ਸਾਂ ਮੈਂ, ਕੁਝ ਨਹੀਂ ਸੀ ਸਮਝਿਆ, ਬਸ ਜਿਸਮ ਵੱਲਦਾ ਰਿਹਾ ਅਤੇ ਮੈਂ ਦਿਨੋਂ ਦਿਨ ਬੁੱਝਦਾ ਗਿਆ। ਮੂਰਤੀ ਖੋਰੇ ਸਮਝ ਰਹੀ ਸੀ ਕਿ ਨਹੀਂ। ਰਾਜਬਖਸ਼ੀ ਨੇ ਧਿਆਨ ਨਾਲ ਉਹਦੇ ਵੱਲ ਵੇਖਿਆ ਅਤੇ ਫਿਰ ਆਖਿਆ, ਉਹਦਾ ਜਿਸ ਵਰੇ ਵਿਆਹ ਹੋਇਆ ਸੀ ਉਹਨੂੰ ਉਸੇ ਵਰੇ ਕੋਈ ਰੋਗ ਹੋਇਆ ਸੀ। ਇਹ ਗੱਲ ਮੈਨੂੰ ਵਰਿਆਂ ਪਿੱਛੋਂ ਪਤਾ ਲੱਗੀ, ਪਰ ਉਹਨੂੰ ਉਦੋਂ ਤੋਂ ਪਤਾ ਸੀ ਅਤੇ ਉਹਨੇ ਬੱਚੇ ਦੀ ਆਸ ਲਾਹੀ ਹੋਈ ਸੀ। ਬਹੁਤੇ ਛੋਟੇ ਘਰੋਂ ਆਈ ਸੀ, ਸਾਰਾ ਕੁਝ ਆਪਣੇ ਕੋਲ ਰੱਖਣ ਲਈ ਸੋਚਦੀ ਸੀ ਅਤੇ ਮੈਂ ਵੀ ਉਹਦੇ ਵੱਸ ਵਿੱਚ ਰਵਾਂ। ਮੈਂ ਕਈ ਵਰੇ ਖਲੋਤੀ ਹੋਈ ਘੜੀ ਤੋਂ ਵਕਤ ਵੇਖਦਾ ਰਿਹਾ। ਮੈਂ ਸਮਝਿਆ ਨਹੀਂ
ਭਰਾ ਦਾ ਦੁੱਖ ਵੀ ਵੇਖਿਆ ਪਰ ਸਮਝਿਆ ਨਹੀਂ। ਮੈਂ ਆਪਣੇ ਭਰਾ ਦਾ ਬਹੁਤ ਵੱਡਾ ਕਰਜ਼ ਦੇਣਾ ਏ ਮੂਰਤੀ। ਮੂਰਤੀ ਜੋ ਰੋਜ਼ ਕਹਿਣ ਦੀ ਮੂਰਤੀ ਵਾਂਗ ਦਿਸਦੀ ਸੀ, ਹੱਡ ਮਾਸ ਦੀ ਔਰਤ ਵਾਂਗ ਕੰਬ ਗਈ। ਰਾਜਬਖਸ਼ੀ ਆਖ ਰਹੇ ਸਨ, ਹੁਣ ਉਹਦੇ ਨਾਲ ਮੇਰਾ ਕੋਈ ਵਾਸਤਾ ਨਹੀਂ, ਪਰ ਮੇਰੇ ਭਰਾ ਦਾ ਸ਼ੰਕਾ ਉਸੇ ਤਰ੍ਹਾਂ ਏ। ਮੈਂ ਬੀਤੇ ਹੋਏ ਵਰੇ ਉਹਨੂੰ ਮੋੜ ਕੇ ਨਹੀਂ ਦੇ ਸਕਦਾ, ਪਰ ਅੱਗੋਂ ਅੱਗੋਂ। ਮੂਰਤੀ ਦੇ ਹੋਂਠ ਹੌਲੀ ਜਿਹੀ ਹੱਲੇ। ਮੀਂਹ ਦੀ ਬਾਛੜ ਨਾਲ ਚੌਵੀਂ ਪਾਸੇ ਧੁੰਦ ਜਿਹੀ ਫੈਲੀ ਹੋਈ ਸੀ। ਰਾਜਬਖਸ਼ੀ ਗੱਡੀ ਦੇ ਅੰਦਰ ਵਾਲੇ ਮੱਠੇ ਚਾਨਣ ਵਿੱਚ ਮੂਰਤੀ ਦੇ ਮੂੰਹ ਵੱਲ ਤੱਕਦੇ ਰਹੇ, ਫਿਰ ਆਖਣ ਲੱਗੇ, ਆ ਮੂਰਤੀ ਆਪਣੇ ਆਪਣੇ ਕਰਜ਼ ਲਾ ਦੇਈਏ। ਤੁਸੀਂ? ਮੂਰਤੀ ਉਹਨਾਂ ਵੱਲ ਤੱਕਦੀ ਕੁਝ ਹੈਰਾਨ ਆਪਣੇ ਵੱਲ ਤੱਕਣ ਲੱਗ ਪਈ, ਜਿਵੇਂ ਆਪਣੇ ਆਪ ਨੂੰ ਉਹਨਾਂ ਦੀਆਂ ਅੱਖਾਂ ਨਾਲ ਤੱਕ ਰਹੀ ਹੋਵੇ। ਰਾਜਬਖਸ਼ੀ ਨੇ ਹਾਂ ਵਿੱਚ ਸਿਰ ਹਿਲਾਇਆ। ਮੂਰਤੀ ਨੂੰ ਸ਼ਾਇਦ ਅਜੇ ਵੀ ਇਸੇ ਹਾਂ ਦੀ ਇੱਕ ਵਾਰੀ ਹੋਰ ਲੋੜ ਸੀ। ਮੂੰਹੋਂ ਨਿਕਲਿਆ, ਤੇ ਰੁਕੀ ਵੀ? ਰਾਜਬਖਸ਼ੀ ਨੇ ਮੂਰਤੀ ਦੇ ਮੱਥੇ ਕੋਲ ਸਿਰ ਨਵਾ ਕੇ ਉਹਦੇ ਮੱਥੇ ਨੂੰ ਇੰਜ ਚੁੰਮਿਆ, ਮੂਰਤੀ ਨੂੰ ਜਾਪਿਆ, ਉਹਨਾਂ ਦੀ ਹਾਂ ਉਹਦੇ ਯਕੀਨ ਜਿੱਡੀ ਹੋ ਗਈ ਹੈ। ਸ਼ੁਕਰੀਆ।